ਪੰਜਾਬ ਡੁੱਬ ਰਿਹਾ ਹੈ, ਦਿੱਲੀ ਡੁੱਬ ਰਹੀ ਹੈ ਤੇ ਹਿਮਾਚਲ ਦਾ ਹਾਲ ਕੁਝ ਇਸ ਤਰ੍ਹਾਂ ਦਾ ਹੈ। ਜਮਨਾ ਨਦੀ ਦਾ ਪਾਣੀ ਅੱਜ ਤੱਕ ਦੇ ਸਭ ਤੋਂ ਉੱਚੇ ਲੈਵਲ ਤੇ ਪਹੁੰਚ ਚੁੱਕਿਆ ਹੈ। ਪਿਛਲੇ 40 ਸਾਲਾਂ ਦੇ ਵਿੱਚ ਇਸ ਵਾਰ ਦਿੱਲੀ ਨੂੰ ਸਭ ਤੋਂ ਜ਼ਿਆਦਾ ਭਾਰੀ ਮੀਂਹ ਦਾ ਸਾਹਮਣਾ ਕਰਨਾ ਪਿਆ ਹੈ। ਦਿੱਲੀ ਦੇ ਨਾਲ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦਾ ਵੀ ਇਹੀ ਹਾਲ ਹੈ। ਤੁਸੀਂ ਦੇਖਿਆ ਹੀ ਹੋਣਾ ਹੈ ਕਿ ਹਰ ਸਾਲ ਹੁਣ ਇੰਡੀਆ ਦੇ ਵਿੱਚ ਜਦੋਂ ਬਰਸਾਤਾਂ ਦਾ ਮੌਸਮ ਆਉਂਦਾ ਹੈ ਤਾਂ ਕਿਤੇ ਨਾ ਕਿਤੇ ਜ਼ਰੂਰ ਹੜ੍ਹ ਆਉਂਦੇ ਨੇ। 2005 ਦੇ ਵਿੱਚ ਮੁੰਬਈ, 2015 ਦੇ ਵਿੱਚ ਚੇਨਈ, 2020 ਦੇ ਵਿੱਚ ਹੈਦਰਾਬਾਦ, 2022 ਦੇ ਵਿੱਚ ਬੈਂਗਲੌਰ। ਇਸ ਵਾਰ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਹਰਿਆਣਾ ਤੇ ਪੰਜਾਬ, ਇਹ ਚੀਜ਼ ਹਰ ਸਾਲ ਵਾਰ ਵਾਰ ਰਿਪੀਟ ਹੋ ਰਹੀ ਹੈ। ਇਹਨਾਂ ਹੜ੍ਹਾਂ ਦੇ ਨਾਲ ਇੰਡੀਆ ਦਾ ਹਰ ਸਾਲ ਬਿਲੀਅਨਸ ਡਾਲਰ ਦਾ ਨੁਕਸਾਨ ਹੁੰਦਾ ਹੈ ਤੇ ਜਿਹੜਾ ਜਾਨੀ ਨੁਕਸਾਨ ਹੁੰਦਾ ਹੈ ਉਸ ਦੀ ਤਾਂ ਕੋਈ ਕੀਮਤ ਹੀ ਨਹੀਂ। ਕਿਉਂ ਇਹ ਫਲੱਡ ਜਾਂ ਕਹੀਏ ਹੜ੍ਹ ਹਰ ਸਾਲ ਇੰਡੀਆ ਦਾ ਇੰਨਾ ਜ਼ਿਆਦਾ ਨੁਕਸਾਨ ਕਰਦੇ ਨੇ ਅਤੇ ਕੀ ਕਾਰਨ ਹੈ ਕਿ ਜਿਸ ਦੇ ਕਾਰਨ ਇਹ ਹੜ੍ਹ ਹੁਣ ਹਰ ਸਾਲ ਹੀ ਇੰਡੀਆ ਦੇ ਵਿੱਚ ਆਇਆ ਕਰਨਗੇ? ਤੁਹਾਡੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਇਸ ਵੀਡੀਓ ਦੇ ਵਿੱਚ ਮਿਲ ਜਾਣਗੇ, ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ। ਸਭ ਤੋਂ ਪਹਿਲਾਂ ਇਹ ਸਮਝਦੇ ਹਾਂ ਕਿ ਇੰਡੀਆ ਦੇ ਉੱਤਰ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਹੜ੍ਹ ਕਿਉਂ ਆਉਂਦੇ ਨੇ। 9 ਤਰੀਕ ਨੂੰ ਹੜ੍ਹਾਂ ਦੇ ਕਾਰਨ ਹਿਮਾਚਲ ਪ੍ਰਦੇਸ਼ ਦੇ ਵਿੱਚ 14 ਥਾਵਾਂ ਤੇ ਲੈਂਡ ਸਲਾਈਡਿੰਗ ਹੁੰਦੀ ਹੈ ਤੇ ਉੱਥੇ ਰੈੱਡ ਅਲਰਟ ਜਾਰੀ ਕਰਨਾ ਪੈਂਦਾ ਹੈ। 7 ਲੋਕਾਂ ਦੀ ਜਾਨ ਤਾਂ ਉਹਨਾਂ ਦਿਨਾਂ ਦੇ ਵਿੱਚ ਹੀ ਚਲੀ ਗਈ ਤੇ ਬਾਕੀ ਪਤਾ ਨਹੀਂ ਲੋਕ ਇਸ ਤੋਂ ਬਾਅਦ ਕਿੰਨੇ ਹੋਰ ਮਰੇ। 700 ਤੋਂ ਜ਼ਿਆਦਾ ਹਿਮਾਚਲ ਪ੍ਰਦੇਸ਼ ਦੇ ਜਿਹੜੇ ਰੋਡ ਨੇ ਉਹ ਬਲੌਕ ਹੋ ਚੁੱਕੇ ਨੇ ਤੇ ਉੱਤਰਾਖੰਡ ਦਾ ਵੀ ਹਾਲ ਇਹੀ ਹੈ ਤੇ ਪੰਜਾਬ ਦਾ ਕੀ ਹਾਲ ਹੈ ਉਹ ਵੀ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਦਰਿਆਵਾਂ ਦੇ ਵਿੱਚ ਪਾੜ ਪੈ ਰਹੇ ਨੇ ਤੇ ਫਸਲਾਂ ਤਬਾਹ ਹੋ ਰਹੀਆਂ ਨੇ। ਪੂਰੇ ਉੱਤਰ ਭਾਰਤ ਦੇ ਵਿੱਚ ਆਏ ਹੋਏ ਹੜ੍ਹਾਂ ਦਾ ਕਾਰਨ ਭਾਰੀ ਮੀਂਹ ਦੱਸਿਆ ਜਾ ਰਿਹਾ ਹੈ, ਪਰ ਕੀ ਇਹ ਗੱਲ ਬਿਲਕੁਲ ਸੱਚ ਹੈ? ਪਰ ਕਿਤੇ ਨਾ ਕਿਤੇ ਬਿਨਾਂ ਪਲੈਨਿੰਗ ਤੋਂ ਬਣਾਏ ਗਏ ਪਿੰਡ ਅਤੇ ਸ਼ਹਿਰ ਵੀ ਇਸ ਚੀਜ਼ ਦੇ ਲਈ ਜ਼ਿੰਮੇਵਾਰ ਨੇ, ਜਿਨ੍ਹਾਂ ਦਾ ਕਾਰਨ ਤੁਹਾਨੂੰ ਇਸ ਵੀਡੀਓ ਦੇ ਵਿੱਚ ਅੱਗੇ ਜਾ ਕੇ ਪਤਾ ਲੱਗ ਜਾਵੇਗਾ। ਬਿਹਾਰ ਤੇ ਅਸਾਮ ਦੀ ਗੱਲ ਕਰੀਏ ਤਾਂ ਇੱਥੇ ਹਰ ਸਾਲ ਹੜ੍ਹ ਆਉਂਦੇ ਨੇ, ਪਰ ਇੱਥੋਂ ਦੀ ਗਵਰਨਮੈਂਟ ਨੇ ਕਦੇ ਵੀ ਕੋਈ ਢੋਕਵਾਂ ਪ੍ਰਬੰਧ ਨਹੀਂ ਕੀਤਾ ਹੜ੍ਹਾਂ ਤੋਂ ਪਹਿਲਾਂ। ਹੁਣ ਤੁਸੀਂ ਇਸ ਰਿਪੋਰਟ ਨੂੰ ਧਿਆਨ ਦੇ ਨਾਲ ਦੇਖੋ। ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਲਗਾਤਾਰ 2001 ਤੋਂ ਹਿਮਾਚਲ ਦੇ ਵਿੱਚ ਹੜ੍ਹ ਆ ਰਹੇ ਨੇ, ਪਰ ਉੱਥੋਂ ਦੀ ਅਥਾਰਟੀ ਨੇ ਕਦੇ ਵੀ ਨਦੀ ਦੇ ਕਿਨਾਰਿਆਂ ਤੇ ਹੋਣ ਵਾਲੀ ਅਸਾਰੀ ਦੇ ਉੱਪਰ ਐਕਸ਼ਨ ਨਹੀਂ ਲਿਆ। ਇੰਡੀਆ ਦੇ ਵਿੱਚ ਹਰ ਸਾਲ ਹੜ੍ਹਾਂ ਦੇ ਕਾਰਨ ਹੀ ਬਿਲੀਅਨਸ ਡਾਲਰ ਦਾ ਨੁਕਸਾਨ ਹੁੰਦਾ ਹੈ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ। ਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਕਿਹਾ ਹੈ ਕਿ ਵਾਤਾਵਰਣ ਦੇ ਬਦਲਾਅ ਦੇ ਵਿੱਚ ਆਉਣ ਵਾਲੀਆਂ ਤਬਾਹੀਆਂ ਦੇ ਵਿੱਚ 50% ਸਭ ਤੋਂ ਵੱਡਾ ਕਾਰਨ ਇਹਨਾਂ ਹੜ੍ਹਾਂ ਦਾ ਹੀ ਹੈ। 1990 ਤੋਂ ਲੈ ਕੇ 2017 ਤੱਕ ਇੰਡੀਆ ਦੇ ਵਿੱਚ ਹੜ੍ਹਾਂ ਦੇ ਕਾਰਨ 53.63 ਬਿਲੀਅਨ ਡਾਲਰਸ ਦਾ ਨੁਕਸਾਨ ਹੋ ਚੁੱਕਿਆ ਹੈ। ਕੇਰਲਾ ਦੇ ਵਿੱਚ ਆਏ 2018 ਦੇ ਹੜ੍ਹਾਂ ਦੇ ਕਾਰਨ 4.25 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਸੀ। ਤਾਮਿਲਨਾਡੂ ਦੇ ਵਿੱਚ 2000 ਦੇ ਵਿੱਚ ਆਏ ਹੜ੍ਹਾਂ ਦੇ ਕਾਰਨ 1,00,000 ਕਰੋੜ ਦੀ ਏਸ਼ੀਆ ਦੀ ਸਭ ਤੋਂ ਵੱਡੀ ਤਬਾਹੀ ਹੋਈ ਸੀ। 2020 ਦੇ ਵਿੱਚ ਹੈਦਰਾਬਾਦ ਦੇ ਵਿੱਚ ਆਏ ਹੜ੍ਹਾਂ ਦੇ ਕਾਰਨ 670 ਕਰੋੜ ਦਾ ਨੁਕਸਾਨ ਹੋਇਆ ਸੀ। 2005 ਦੇ ਵਿੱਚ ਮੁੰਬਈ ਦੇ ਵਿੱਚ ਆਏ ਹੜ੍ਹਾਂ ਦੇ ਕਾਰਨ 5,00,000 ਕਰੋੜ ਦਾ ਨੁਕਸਾਨ ਹੋਇਆ ਸੀ। ਤੁਸੀਂ ਇਹ ਚੀਜ਼ ਨੋਟ ਕੀਤੀ ਹੋਣੀ ਹੈ ਕਿ ਮੌਨਸੂਨ ਆਉਣ ਦਾ ਜਿਹੜਾ ਪੈਟਰਨ ਹੈ ਉਹ ਬਦਲ ਰਿਹਾ ਹੈ ਤੇ ਭਵਿੱਖ ਦੇ ਵਿੱਚ ਹੋਰ ਵੀ ਜ਼ਿਆਦਾ ਭਾਰੀ ਅਤੇ ਖਤਰਨਾਕ ਮੌਨਸੂਨ ਆਵੇਗੀ, ਜਾਣੀ ਕਿ ਮਹੀਨੇ ਦੇ ਕੁਝ ਕੁ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਮੀਂਹ ਪਿਆ ਕਰੇਗਾ। ਹੁਣ ਸਾਨੂੰ ਇਹ ਸਮਝਣਾ ਪਵੇਗਾ ਕਿ ਹੜ੍ਹ ਕੋਈ ਨਵੀਂ ਚੀਜ਼ ਨਹੀਂ ਹੈ। ਗੰਗਾ ਤੇ ਬ੍ਰਹਮਪੁੱਤਰ ਨਦੀਆਂ ਦੇ ਵਿੱਚ ਸਦੀਆਂ ਤੋਂ ਹੀ ਹੜ੍ਹ ਆਉਂਦੇ ਰਹੇ ਨੇ ਤੇ ਨਾਲ ਹੀ ਇਹ ਖੜ੍ਹ ਆਪਣੇ ਨਾਲ ਉਪਜਾਊ ਖਣਿਜ ਵੀ ਲੈ ਕੇ ਆਉਂਦੇ ਨੇ, ਤਾਂ ਹੀ ਨਦੀਆਂ ਦੇ ਕਿਨਾਰਿਆਂ ਦੀ ਮਿੱਟੀ ਬਹੁਤ ਜ਼ਿਆਦਾ ਉਪਜਾਊ ਹੁੰਦੀ ਹੈ। ਤਾਂ ਫਿਰ ਪ੍ਰੋਬਲਮ ਕਿੱਥੇ ਹੈ? ਪ੍ਰੋਬਲਮ ਆਉਂਦੀ ਹੈ ਜੀ ਉੱਥੇ ਜਦੋਂ ਅਸੀਂ ਬਿਨਾਂ ਕੁਝ ਪਲਾਨ ਕੀਤੇ ਪਿੰਡ ਅਤੇ ਸ਼ਹਿਰਾਂ ਦੇ ਵਿੱਚ ਉਸਾਰੀ ਕਰਦੇ ਹਾਂ। ਇਹ ਹੈ ਜੀ ਵੀਅਤਨਾਮ। ਇੰਡੀਆ ਦੇ ਵਾਂਗੂ ਵੀਅਤਨਾਮ ਦੇ ਵਿੱਚ ਵੀ ਬਹੁਤ ਜ਼ਿਆਦਾ ਮੀਂਹ ਪੈਂਦੇ ਨੇ, ਪਰ ਜਦੋਂ ਤੁਸੀਂ ਗੂਗਲ ਦੇ ਉੱਪਰ ਵੀਅਤਨਾਮ ਨੂੰ ਸਰਚ ਕਰੋਗੇ ਤਾਂ ਤੁਹਾਨੂੰ ਉੱਥੋਂ ਦੇ ਸ਼ਹਿਰ ਕੁਝ ਇਸ ਤਰ੍ਹਾਂ ਦੇ ਦਿਖਾਈ ਦੇਣਗੇ, ਕਿਉਂਕਿ ਵੀਅਤਨਾਮ ਦੇ ਸਾਰੇ ਸ਼ਹਿਰ ਵੈਲ ਪਲੈਨਡ ਦੇ। ਉੱਥੇ ਜਿੰਨਾ ਮਰਜ਼ੀ ਮੀਂਹ ਪੈ ਜਾਵੇ ਉੱਥੇ ਹੜ੍ਹਾਂ ਵਰਗੇ ਹਾਲਾਤ ਕਦੇ ਵੀ ਨਹੀਂ ਬਣਦੇ। ਜਦੋਂ ਅਸੀਂ ਇੰਡੀਆ ਦੇ ਸ਼ਹਿਰਾਂ ਨੂੰ ਦੇਖਦੇ ਹਾਂ ਤਾਂ ਇਹ ਸਾਰੇ ਸ਼ਹਿਰ ਕੰਕਰੀਟ ਦੇ ਨਾਲ ਭਰੇ ਪਏ ਨੇ। ਜਿਹੜਾ ਪਾਣੀ ਧਰਤੀ ਨੇ ਆਪਣੇ ਅੰਦਰ ਸੋਖ ਲੈਣਾ ਸੀ ਉਹ ਸਿਸਟਮ ਇੱਥੇ ਖਤਮ ਹੋ ਚੁੱਕਿਆ ਹੈ ਤੇ ਜ਼ਿਆਦਾ ਆਬਾਦੀ ਦੇ ਕਾਰਨ ਨਦੀਆਂ ਤੇ ਨਾਲਿਆਂ ਦੇ ਕਿਨਾਰਿਆਂ ਦੇ ਉੱਪਰ ਝੌਂਪੜੀਆਂ ਬਣੀਆਂ ਨੇ ਤੇ ਉਹ ਆਪਣਾ ਸਾਰਾ ਵੇਸਟ ਇਹਨਾਂ ਨਦੀਆਂ ਦੇ ਵਿੱਚ ਸਿੱਟਦੇ ਨੇ ਤੇ ਸ਼ਹਿਰਾਂ ਦੇ ਲੋਕ ਵੀ ਆਪਣਾ ਜ਼ਿਆਦਾਤਰ ਵੇਸਟੇਜ ਇਹਨਾਂ ਨਦੀਆਂ ਨਾਲਿਆਂ ਦੇ ਵਿੱਚ ਹੀ ਸਿੱਟਦੇ ਨੇ ਤੇ ਜਿਸ ਦੇ ਨਾਲ ਅੱਗੇ ਜਾ ਕੇ ਚੋਕ ਹੋ ਜਾਂਦੀਆਂ ਨੇ ਤੇ ਹੜ੍ਹਾਂ ਦਾ ਕਾਰਨ ਬਣਦੀਆਂ ਨੇ। ਸ਼ਹਿਰਾਂ ਦੇ ਵਿੱਚ ਪਹਿਲਾਂ ਖੁੱਲੇ ਮੈਦਾਨ ਹੁੰਦੇ ਸਨ, ਮਿੱਟੀ ਹੁੰਦੀ ਸੀ ਜਿਹੜੀ ਮੀਂਹ ਦੇ ਪਾਣੀ ਨੂੰ ਸੋਖ ਲੈਂਦੀ ਸੀ, ਪਰ ਜਦੋਂ ਸਾਰਾ ਸ਼ਹਿਰ ਹੀ ਪੱਕਾ ਹੈ ਤਾਂ ਇਹ ਮੀਂਹ ਦਾ ਪਾਣੀ ਧਰਤੀ ਦੇ ਅੰਦਰ ਕਿੱਥੋਂ ਦੀ ਜਾਵੇਗਾ? ਫਿਰ ਇਹੀ ਸਾਰਾ ਪਾਣੀ ਸ਼ਹਿਰ ਦੇ ਰੋਡਾਂ ਦੇ ਉੱਪਰ ਇਕੱਠਾ ਹੋਣ ਲੱਗ ਜਾਂਦਾ ਹੈ। ਹੁਣ ਤੁਸੀਂ ਇਸ ਵੀਡੀਓ ਨੂੰ ਦੇਖੋ, ਇਸ ਦੇ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਪੌਦਿਆਂ ਦੀਆਂ ਜੜ੍ਹਾਂ ਮਿੱਟੀ ਨੂੰ ਫੜ ਕੇ ਰੱਖਦੀਆਂ ਨੇ ਤੇ ਦਰਖਤਾਂ ਤੇ ਉਹਨਾਂ ਦੇ ਪੱਤੇ ਕੁਦਰਤੀ ਛਤਰੀਆਂ ਵਾਂਗੂ ਮੀਂਹ ਦੇ ਵਿੱਚ ਕੰਮ ਕਰਦੇ ਨੇ ਤੇ ਬਹੁਤ ਸਾਰੀਆਂ ਪਾਣੀ ਦੀਆਂ ਬੂੰਦਾਂ ਨੂੰ ਦਰਖਤਾਂ ਦੇ ਪੱਤੇ ਆਪਣੇ ਉੱਪਰ ਹੀ ਰੋਕ ਲੈਂਦੇ ਨੇ ਤੇ ਇਹੀ ਪਾਣੀ ਦੀਆਂ ਬੂੰਦਾਂ ਬਾਅਦ ਦੇ ਵਿੱਚ ਵਾਸ਼ਪੀਕਰਨ ਹੋ ਕੇ ਫਿਰ ਉੱਪਰ ਨੂੰ ਚਲੀਆਂ ਜਾਂਦੀਆਂ ਨੇ ਤੇ ਧਰਤੀ ਉੱਪਰ ਨਹੀਂ ਪਹੁੰਚਦੀਆਂ ਤੇ ਦਰਖਤ ਆਪਣੀਆਂ ਜੜ੍ਹਾਂ ਦੇ ਨਾਲ ਮੀਂਹ ਦੇ ਪਾਣੀ ਨੂੰ ਸਟੋਰ ਕਰਦੇ ਨੇ ਤੇ ਬਾਕੀ ਦੇ ਪਾਣੀ ਨੂੰ ਧਰਤੀ ਦੇ ਅੰਦਰ ਪਹੁੰਚਾ ਦਿੰਦੇ ਨੇ। ਦਰਖਤਾਂ ਦਾ ਇੱਕ ਸਿਸਟਮ ਹੁੰਦਾ ਹੈ, ਜੇਕਰ ਇੱਕ ਏਰੀਏ ਦੇ ਵਿੱਚ ਦਰਖਤਾਂ ਨੂੰ ਪਾਣੀ ਮਿਲਦਾ ਹੈ ਤਾਂ ਉਹ ਆਪਣੇ ਹਿੱਸੇ ਦਾ ਪਾਣੀ ਲੈ ਕੇ ਬਾਕੀ ਦਾ ਪਾਣੀ ਦੂਜੇ ਏਰੀਏ ਦੇ ਵਿੱਚ ਜਿਹੜੇ ਦਰਖਤ ਨੇ ਜੜ੍ਹਾਂ ਰਾਹੀਂ ਉਹਨਾਂ ਤੱਕ ਪਹੁੰਚਾ ਦਿੰਦੇ ਨੇ ਤਾਂ ਕਿ ਦੂਜੇ ਦਰਖਤਾਂ ਦੀ ਪਾਣੀ ਦੀ ਲੋੜ ਵੀ ਪੂਰੀ ਹੋ ਜਾਵੇ।
ਜਾਗਤ ਹੁੰਦੇ ਨੇ ਉੱਥੇ 10 ਇੰਚ ਪ੍ਰਤੀ ਘੰਟੇ ਪਾਣੀ ਧਰਤੀ ਸੋਖ ਲੈਂਦੀ ਹੈ ਤੇ ਖੁੱਲੇ ਮੈਦਾਨਾਂ ਦੇ ਵਿੱਚ ਸਿਰਫ 4 ਇੰਚ ਪ੍ਰਤੀ ਘੰਟੇ ਹੀ ਪਾਣੀ ਸੋਖਿਆ ਜਾਂਦਾ ਹੈ। ਇੰਨੇ ਜ਼ਿਆਦਾ ਦਰਖਤਾਂ ਦੇ ਫਾਇਦੇ ਹੋਣ ਦੇ ਬਾਵਜੂਦ ਨਾ ਤਾਂ ਹੁਣ ਕੋਈ ਸ਼ਹਿਰਾਂ ਦੇ ਵਿੱਚ ਦਰਖਤ ਹੈ ਤੇ ਨਾ ਹੀ ਖੁੱਲੇ ਗਰਾਊਂਡ ਨੇ। ਇੱਕ ਰਿਪੋਰਟ ਦੇ ਅਨੁਸਾਰ ਪਿਛਲੇ 30 ਸਾਲਾਂ ਦੇ ਵਿੱਚ ਮੁੰਬਈ ਨੇ ਆਪਣੀ 42% ਗ੍ਰੀਨਰੀ ਤਬਾਹ ਕਰ ਦਿੱਤੀ ਹੈ। ਜਦੋਂ ਹੜ੍ਹ ਆਉਂਦੇ ਨੇ ਤਾਂ ਇਸ ਦੇ ਵਿੱਚ ਪੂਰੀ ਜ਼ਿੰਮੇਵਾਰੀ ਸਟੇਟ ਗਵਰਨਮੈਂਟ ਜਾਂ ਕਹੀਏ ਰਾਜ ਸਰਕਾਰ ਦੀ ਹੁੰਦੀ ਹੈ। ਫਲੱਡਾਂ ਤੋਂ ਬਚਾਅ ਕਰਨਾ ਤੇ ਫੰਡ ਕਰਨਾ ਇਹ ਸਾਰਾ ਕੁਝ ਸਟੇਟ ਗਵਰਨਮੈਂਟ ਦੇ ਅੰਡਰ ਹੁੰਦਾ ਹੈ, ਪਰ ਕੀ ਕਿਸੇ ਸਟੇਟ ਦੀ ਰਾਜਨੀਤਿਕ ਪਾਰਟੀ ਨੇ ਪਿਛਲੇ 70 ਸਾਲਾਂ ਦੇ ਵਿੱਚ ਇਹਨਾਂ ਚੀਜ਼ਾਂ ਦੇ ਉੱਪਰ ਧਿਆਨ ਦਿੱਤਾ ਹੈ। ਨਿਊਯਾਰਕ ਵੀ ਇੰਡੀਆ ਦੇ ਸ਼ਹਿਰਾਂ ਦੀ ਤਰ੍ਹਾਂ ਇੱਕ ਬਿਜੀ ਸ਼ਹਿਰ ਹੈ ਤੇ ਉੱਥੇ ਵੀ ਵੱਧ ਆਬਾਦੀ ਦੀ ਸਮੱਸਿਆ ਹੈ। ਨਿਊਯਾਰਕ ਦੇ ਵਿੱਚ 40 ਤੋਂ ਜ਼ਿਆਦਾ ਗਾਰਡਨ ਬਣੇ ਹੋਏ ਨੇ ਤੇ ਇੱਥੋਂ ਦਾ ਹਰ ਇੱਕ ਨਿਵਾਸੀ ਗਾਰਡਨ ਤੋਂ ਸਿਰਫ 10 ਮਿੰਟ ਦੀ ਦੂਰੀ ਤੇ ਰਹਿੰਦਾ ਹੈ। ਨਿਊਯਾਰਕ ਦੇ ਵਿੱਚ 2021 ਦੇ ਵਿੱਚ ਸਾਈਕਲੋਨ ਦੇ ਕਾਰਨ ਹੜ੍ਹ ਆ ਗਏ ਸਨ। ਉਸ ਤੋਂ ਬਾਅਦ ਇੱਥੋਂ ਦੀ ਅਥਾਰਟੀ ਨੇ ਕਿਹਾ ਕਿ ਉਹ ਹੋਰ ਵੀ ਜ਼ਿਆਦਾ ਛੋਟੇ ਛੋਟੇ ਗਾਰਡਨ ਹਰ ਇੱਕ ਏਰੀਏ ਦੇ ਵਿੱਚ ਬਣਾਉਣਗੇ ਜਿਹੜੇ ਕਿ ਮੀਂਹ ਦੇ ਪਾਣੀ ਨੂੰ ਆਪਣੇ ਅੰਦਰ ਸੋਖ ਸਕਣ ਤੇ 2300 ਅਜਿਹੇ ਹੋਰ ਗਾਰਡਨ ਨਿਊਯਾਰਕ ਦੇ ਵਿੱਚ ਬਣਾਏ ਗਏ ਨੇ। ਇਹ ਗਾਰਡਨ ਸੜਕ ਤੋਂ ਥੋੜੇ ਜਿਹੇ ਥੱਲੇ ਬਣਾਏ ਜਾਂਦੇ ਨੇ ਤਾਂ ਕਿ ਰੋਡ ਦਾ ਪਾਣੀ ਵੀ ਇਹਨਾਂ ਦੇ ਅੰਦਰ ਜਾ ਸਕੇ ਤੇ ਫਿਲਟਰ ਹੋ ਕੇ ਇਹ ਪਾਣੀ ਧਰਤੀ ਦੇ ਅੰਦਰ ਚਲਿਆ ਜਾਵੇ। ਇਹਨਾਂ ਨੂੰ ਰੇਨ ਗਾਰਡਨ ਕਿਹਾ ਜਾਂਦਾ ਹੈ। ਇਹ ਨਾਰਮਲ ਗਾਰਡਨ ਦੇ ਨਾਲੋਂ 30 ਗੁਣਾ ਜ਼ਿਆਦਾ ਪਾਣੀ ਆਪਣੇ ਅੰਦਰ ਸੋਖ ਲੈਂਦੇ ਨੇ। ਇਹਨਾਂ ਨੂੰ ਕਿਤੇ ਵੀ ਬਣਾਇਆ ਜਾ ਸਕਦਾ ਹੈ, ਪੁਲ ਦੇ ਥੱਲੇ, ਬਿਲਡਿੰਗ ਦੇ ਕੋਲ ਤੇ ਰੋਡ ਦੇ ਨਾਲ ਨਾਲ। ਚਾਈਨਾ ਨੇ ਵੀ ਹੜ੍ਹਾਂ ਤੋਂ ਬਚਣ ਲਈ ਆਪਣੇ ਸ਼ਹਿਰਾਂ ਦੇ ਵਿੱਚ ਥਾਂ ਥਾਂ ਤੇ ਪਾਰਕ ਬਣਾਉਣੇ ਸ਼ੁਰੂ ਕਰ ਦਿੱਤੇ ਨੇ ਜਿਹੜੇ ਮੀਂਹ ਦੇ ਪਾਣੀ ਨੂੰ ਸੋਖ ਕੇ ਧਰਤੀ ਦੇ ਅੰਦਰ ਭੇਜ ਦਿੰਦੇ ਨੇ। ਤੇ ਸਿੰਗਾਪੁਰ ਦੇ ਵਿੱਚ ਵੀ ਵਿਸ਼ਾਨ ਮੈਂਗ ਮੂਕ ਕਿਊ ਪਾਰਕ ਹੈ ਜਿਹੜਾ ਨਹਿਰ ਦੇ ਨਾਲ ਬਣਾਇਆ ਗਿਆ ਹੈ। ਪਹਿਲਾਂ ਇਸ ਨਹਿਰ ਦੇ ਕਿਨਾਰੇ ਤੇ ਪੂਰਾ ਕੰਕਰੀਟ ਲੱਗਿਆ ਹੋਇਆ ਸੀ। ਇਹ ਸਾਰੇ ਕੰਕਰੀਟ ਨੂੰ ਤੋੜ ਕੇ ਇਹਨਾਂ ਨੇ ਇੱਥੇ ਇੱਕ ਸ਼ਾਨਦਾਰ ਪਾਰਕ ਬਣਾ ਦਿੱਤਾ ਹੈ। ਜਦੋਂ ਕਦੇ ਸਿੰਗਾਪੁਰ ਦੇ ਵਿੱਚ ਹੜ੍ਹ ਆਉਣਗੇ ਤਾਂ ਸਾਰਾ ਪਾਣੀ ਇਸ ਨਹਿਰ ਦੇ ਥਰੂ ਇਹਨਾਂ ਪਾਰਕਾਂ ਦੇ ਵਿੱਚ ਆ ਜਾਵੇਗਾ ਤੇ ਇਹਨਾਂ ਪਾਰਕਾਂ ਦੇ ਵਿੱਚ ਜਿਹੜੇ ਦਰਖਤ ਤੇ ਘਾਹ ਲੱਗਿਆ ਹੈ ਉਹ ਸਾਰੇ ਪਾਣੀ ਨੂੰ ਸੋਖ ਲਵੇਗਾ ਤੇ ਪਾਣੀ ਉਹ ਸ਼ਹਿਰ ਦੇ ਵਿੱਚ ਨਹੀਂ ਜਾਵੇਗਾ। ਇਹ ਤਰੀਕਾ ਕੋਈ ਮਹਿੰਗਾ ਵੀ ਨਹੀਂ ਹੈ ਤੇ ਇੱਕ ਵਾਰ ਪੈਸੇ ਖਰਚ ਕੇ ਪਤਾ ਨਹੀਂ ਕਿੰਨੇ ਸਾਲਾਂ ਤੱਕ ਇਹ ਸਿਸਟਮ ਕੰਮ ਕਰਦਾ ਰਹਿੰਦਾ ਹੈ। ਇਹ ਤਾਂ ਸੀ ਜੀ ਸਰਕਾਰਾਂ ਦੀ ਗੱਲ, ਹੁਣ ਗੱਲ ਇਹ ਹੈ ਕਿ ਅਸੀਂ ਆਪਣੇ ਵਿਹਾਵ ਤੇ ਕੀ ਕਰ ਸਕਦੇ ਹਾਂ। ਅਸੀਂ ਆਪਣੇ ਵਿਹਾਵ ਤੇ ਵੱਧ ਤੋਂ ਵੱਧ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਦਰਖਤ ਲਗਾਈਏ ਜਿਹੜੇ ਮੀਂਹ ਦੇ ਪਾਣੀ ਨੂੰ ਸੋਖ ਕੇ ਧਰਤੀ ਦੇ ਅੰਦਰ ਪਹੁੰਚਾਉਣ, ਜਿਸ ਦੇ ਕਾਰਨ ਧਰਤੀ ਦੇ ਪਾਣੀ ਦਾ ਲੈਵਲ ਵੀ ਵਧੇਗਾ ਤੇ ਸਾਨੂੰ ਹੜ੍ਹਾਂ ਤੋਂ ਵੀ ਨਿਜਾਤ ਮਿਲੇਗੀ। ਪੰਜਾਬ ਅਤੇ ਇੰਡੀਆ ਦੇ ਸਾਰੇ ਹੜ੍ਹ ਪੀੜਤਾਂ ਦੇ ਲਈ ਜੋ ਟੀਵੀ ਦਾ ਪਰਿਵਾਰ ਅਰਦਾਸ ਕਰਦਾ ਹੈ ਕਿ ਉਹ ਵੀ ਸੁੱਖੀ ਸਾਂਦੀ ਆਪਦੇ ਘਰਾਂ ਦੇ ਵਿੱਚ ਜਲਦੀ ਤੋਂ ਜਲਦੀ ਪਹੁੰਚਣ। ਇਸ ਜੀ ਹੜ੍ਹਾਂ ਦੇ ਬਾਰੇ ਕੁਝ ਜਾਣਕਾਰੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ ਯੂਟਿਊਬ ਦੇ ਚੈਨਲ ਜੋ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਧੰਨਵਾਦ।